ਨਿਮਨਦੀਪ ਰੋਟੀ ਬਣੀ ਤੇ ਮੈਨੂੰ ਫਟਾਫਟ ਰੋਟੀ ਲਿਆ ਦੇ। ਹਾਂਜੀ ਮੰਮੀ ਆ ਲੋ ਰੋਟੀ। ਆ ਤੂੰ ਵਧੀਆ ਕੀਤਾ ਪੁੱਤ ਜਿਹੜਾ ਛੇਤੀ ਰੋਟੀ ਲਿਆਈ। ਅੱਜ ਮੈਂ ਨਾ ਬਾਜ਼ਾਰ ਜਾਣਾ ਸੀ, ਥੋੜਾ ਕੰਮ ਸੀ ਮੈਨੂੰ। ਮੈਂ ਕਿਹਾ ਸਵੇਰ ਸਵੇਰ ਜਾਇਆ ਫਿਰ ਧੁੱਪ ਚੜ ਜਾਂਦੀ ਹੈ। ਤੁਸੀਂ ਬਾਜ਼ਾਰ ਜਾ ਤਾਂ ਰਹੇ ਹੋ, ਮੇਰਾ ਵੀ ਇੱਕ ਕੰਮ ਕਰ ਦਿਓ। ਮੈਂ ਨਾ ਕੁਛ ਪੈਸੇ ਜੋੜੇ ਹੋਏ ਨੇ, ਤੁਸੀਂ ਉਹਨਾਂ ਨੂੰ ਬੈਂਕ 'ਚ ਜਮ੍ਹਾਂ ਕਰਵਾ ਦਿਓ। ਹਾਂ ਹਾਂ ਕਰਵਾ ਦੂੰਗੀ, ਇਹ 'ਚ ਕਿਹੜਾ ਵੱਡੀ ਗੱਲ ਹੈ। ਲਿਆ ਪੈਸੇ ਲਿਆਉਣੀ ਹੋ ਮੰਮੀ ਜੀ। ਆ ਲਓ ਮੰਮੀ ਜੀ। ਚੱਲ ਫਿਰ ਠੀਕ ਹੈ ਪੁੱਤ, ਮੈਂ ਫਿਰ ਪੈਸੇ ਵੀ ਜਮ੍ਹਾਂ ਕਰਾ ਆਉਂਦੀ ਹਾਂ। ਮਨਦੀਪ ਆ ਗਏ ਮੰਮੀ ਤੁਸੀਂ? ਹਾਂ ਪੁੱਤ ਆ ਗਈ, ਬਾਹਰ ਤਾਂ ਨਾ ਗਰਮੀ ਵਾਹੀ ਹੋਈ ਪਈ ਹੈ। ਫਿਰ ਮੰਮੀ ਜੀ ਪਾਣੀ ਲਿਆਦਾ ਪਹਿਲਾਂ ਤੁਹਾਨੂੰ? ਹਾਂ ਪੁੱਤ ਪਾਣੀ ਲਿਆ ਦੇ। ਆ ਲਓ ਮੰਮੀ ਜੀ ਪਾਣੀ। ਓਹੋ ਘਰੇ ਆ ਕੇ ਸੁੱਖ ਦਾ ਸਾਹ ਆਉਂਦਾ। ਆ ਕੀ ਲੈ ਕੇ ਆਏ ਹੋ ਮੰਮੀ ਤੁਸੀਂ? ਸੂਟ ਲੈ ਕੇ ਆਈ ਆ ਆਪਣੇ ਵਾਸਤੇ, ਦੇਖੀ ਤਾਂ ਸਹੀ ਕਿਹੋ ਜਿਹੇ ਨੇ। ਲੈਣ ਤਾਂ ਮੈਂ ਇੱਕੋ ਹੀ ਸੂਟ ਗਈ ਸੀ, ਫਿਰ ਮੈਨੂੰ ਦੂਜਾ ਪਸੰਦ ਆਇਆ, ਫਿਰ ਮੈਂ ਇਹ ਵੀ ਲੈ ਲਿਆ। ਸੂਟ ਤਾਂ ਮੰਮੀ ਸੋਹਣੇ ਨੇ, ਪਰ ਤੁਸੀਂ ਤਾਂ ਕਹਿੰਦੇ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ, ਫਿਰ ਇਹ ਸੂਟ ਕਿਵੇਂ ਲੈ ਆਏ? ਪੈਸੇ ਕਿਉਂ ਨਹੀਂ ਸੀ, ਤੂੰ ਦਿੱਤੇ ਤਾਂ ਸੀ, ਉਸੇ ਦਾ ਮੈਂ ਦੂਜਾ ਸੂਟ ਲਿਆਈ। ਮੰਮੀ ਹਜੇ ਪਿਛਲੇ ਹਫਤੇ ਤਾਂ ਤੁਸੀਂ ਸੂਟ ਲੈ ਕੇ ਆਏ ਹੋ, ਉਹ ਸੂਟਾਂ ਬਿਨਾਂ ਤਾਂ ਹਜੇ ਸਾਰੀ ਸਕਦਾ, ਇਹ ਕਿਹੜਾ ਜ਼ਿਆਦਾ ਜ਼ਰੂਰੀ ਨੇ? ਮੈਂ ਤਾਂ ਮੰਮੀ ਉਹ ਪੈਸੇ ਬੱਚਤ ਕਰਕੇ ਤਾਂ ਰੱਖੇ ਹੋਏ ਸੀ ਵੀ ਲੋੜ ਪੈਣ ਤੇ ਔਖੇ ਟਾਈਮ ਤੇ ਬੰਦਾ ਵਰਤ ਲੈਂਦਾ ਹੈਗਾ, ਉਹਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ। ਨਹੀਂ ਲਿਆਈ ਤਾਂ ਲਿਆਈ, ਪੈਸੇ ਤੂੰ ਪਿੱਛੋਂ ਨਹੀਂ ਲੈ ਗਈ, ਮੇਰੇ ਪੁੱਤ ਦੀ ਕਮਾਈ ਦੇ ਨੇ, ਮੈਨੂੰ ਬਾਹਲੀਆਂ ਮੱਤਾਂ ਦੇਣ ਦੀ ਲੋੜ ਨਹੀਂ। ਮੇਰਾ ਦਿਮਾਗ ਨਾ ਖਰਾਬ ਕਰ, ਜਾ ਕੇ ਨਾ ਆਪਣਾ ਕੰਮ ਕਰ। ਦੇਖ ਕਿਵੇਂ ਅੱਗ ਲੱਗੀ ਇੱਕ ਝੂਠ ਪਿੱਛੇ, ਆਈ ਹੈ ਵੱਡੀ ਮੈਡਮ। ਮੰਮੀ ਜੀ ਰੋਟੀ ਪਾ ਲਿਆ? ਮਾਂ ਨਾ ਰੋਟੀ ਖਾਣ ਨੂੰ ਤਾਂ ਅੱਜ ਮੇਰਾ ਜੀ ਨਹੀਂ ਕਰਦਾ, ਮੇਰੇ ਤਾਂ ਪੀਜ਼ਾ ਖਾਣ ਨੂੰ ਜੀ ਕਰਦਾ। ਐ ਕਰਦੀ ਆ ਮੈਂ ਸਾਰਿਆਂ ਵਾਸਤੇ ਪੀਜ਼ਾ ਆਰਡਰ ਕਰਵਾ ਦਿੰਦੀ ਆ, ਆਪਾਂ ਸਾਰੇ ਉਹੀ ਖਾ ਲਾਂ। ਪੀਜ਼ਾ? ਮੰਮੀ ਰੋਟੀ ਸਬਜ਼ੀ ਤਿਆਰ ਆ, ਜੇ ਤੁਸੀਂ ਪੀਜ਼ਾ ਹੀ ਆਰਡਰ ਕਰਨਾ ਸੀ ਮੈਨੂੰ ਪਹਿਲਾਂ ਦੱਸ ਦਿੰਦੇ, ਮੈਂ ਰੋਟੀ ਨਾ ਬਣਾਉਂਦੀ। ਮੈਨੂੰ ਨਹੀਂ ਪਤਾ, ਮੇਰਾ ਤਾਂ ਅੱਜ ਪੀਜ਼ਾ ਖਾਣ ਨੂੰ ਜੀ ਕਰਦਾ, ਮੈਂ ਤਾਂ ਆਰਡਰ ਕਰਵਾ ਰਹੀ ਆ। ਮੰਮੀ ਫਿਰ ਰੋਟੀਆਂ ਦਾ ਦੱਸੋ ਕੀ ਕਰਨਾ, ਕਿਉਂਕਿ ਬੇਹੀਆਂ ਰੋਟੀਆਂ ਤਾਂ ਕਿਸੇ ਨੇ ਖਾਣੀਆਂ ਨਹੀਂ। ਨਹੀਂ ਰੋਟੀਆਂ ਦਾ ਕੀ ਹੈ ਜੇ ਪੱਕ ਗਈਆਂ? ਗਲੀ 'ਚ ਗਾਈਆਂ ਬਥੇਰੀਆਂ ਫਿਰਦੀਆਂ, ਚੱਕ ਕੇ ਉਹਨਾਂ ਨੂੰ ਪਾ ਦੀ, ਸਬਜ਼ੀ ਫਰਿੱਜ 'ਚ ਰੱਖ ਦੇ ਚੱਕ ਕੇ। ਠੀਕ ਆ ਮੰਮੀ ਜੀ। ਹੈਲੋ ਮੰਮੀ, ਮਨਦੀਪ। ਮੰਮੀ ਜੀ ਬਾਹਰ ਨਾ ਮੌਸਮ ਬਹੁਤ ਸੋਹਣਾ ਹੋ ਰਿਹਾ, ਆ ਜਾਓ ਆਪਾਂ ਦੋਨੇ ਬਿੰਦ ਝੱਟ ਇਕੱਠੇ ਬੈਠੀਏ। ਤੂੰ ਹੀ ਬੈਠ ਜਾ, ਮੈਂ ਨਹੀਂ ਬੈਠਣਾ ਹੈਗਾ। ਉਹ ਮੈਂ ਤਾਂ ਮੰਮੀ ਤਾਂ ਕਹਿੰਦੀ ਸੀ ਵੀ ਬਾਹਰੇ ਮੌਸਮ ਵੀ ਸੋਹਣਾ ਹੈਗਾ, ਜੇ ਆਪਾਂ ਦੋਨੇ ਜਾਣੇ ਬਾਹਰੇ ਬਹਿ ਜਾਂਗੇ ਬਿੰਦ ਝੱਟ, ਆ ਲਾਈਟ ਪੱਖਿਆਂ ਨੂੰ ਵੀ ਸਾਹ ਆ ਜਾਊ,
ਥੋੜੀ ਬਿਜਲੀ ਦੀ ਵੀ ਬੱਚਤ ਹੋ ਜਾਊਗੀ। ਨਾਲੇ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਮਹੀਨੇ ਬਿਜਲੀ ਦਾ ਕਿੰਨਾ ਬਿੱਲ ਆਇਆ। ਜ਼ਿਆਦਾ ਸਿਆਣੀ ਨਾ ਬਣ ਮੇਰੇ ਅੱਗੇ, ਬਿੱਲ ਤੈ ਨੀ ਭਰਨਾ, ਮੇਰੇ ਮੁੰਡੇ ਨੇ ਭਰਨਾ। ਆ ਗਏ ਤੁਸੀਂ ਜਦਰ ਪਾਪਾ ਵਾਸਤੇ ਪਾਣੀ ਲੈ ਕੇ ਆ। ਜਿੰਦਰ ਨੀ ਆਇਆ ਤੁਹਾਡੇ ਨਾਲ? ਉਹ ਵੀ ਆ ਰਿਹਾ ਥੋੜੀ ਦੇਰ ਚ। ਆ ਲਓ ਪਾਪੀ ਜੀ ਪਾਣੀ। ਕੀ ਗੱਲ ਹੋ ਗਈ, ਅੱਜ ਬੜੇ ਪਰੇਸ਼ਾਨ ਜੇ ਲੱਗ ਰਹੇ ਹੋ ਮੈਨੂੰ। ਉਹ ਕੀ ਦੱਸਾਂ ਤੈਨੂੰ, ਅੱਜ ਫੈਕਟਰੀ ਚ ਮਾਲਕ ਤੇ ਵਰਕਰਾਂ ਦੀ ਲੜਾਈ ਹੋ ਗਈ ਤੇ ਵਰਕਰ ਇੱਕ ਮਹੀਨੇ ਵਾਸਤੇ ਹੜਤਾਲ ਤੇ ਚਲੇ ਗਏ ਤੇ ਮਾਲਕ ਨੇ ਵੀ ਗੁੱਸੇ ਵਿੱਚ ਆ ਕੇ ਪਿਛਲੇ ਮਹੀਨੇ ਦੀ ਤਨਖਾਹ ਰੋਕ ਲਈ। ਫੈਕਟਰੀ ਤਾਂ ਹੁਣ ਬੰਦ ਹੋ ਗਈ, ਆਪਾਂ ਨੂੰ ਵੀ ਹੁਣ ਇੱਕ ਮਹੀਨਾ ਔਖੇ ਸੌਖੇ ਹੋ ਕੇ ਕੱਢਣਾ ਪੈਣਾ। ਇਹ ਕੀ ਕਹੀ ਜਾਂਦੇ ਤੁਸੀਂ, ਇਸ ਮਹੀਨੇ ਦਾ ਖਰਚੇ ਵਾਏ ਨੇ ਆਪਣੇ। ਇੱਕ ਤਾਂ ਮੇਰੀ ਭੈਣ ਦੀ ਕੁੜੀ ਦਾ ਵਿਆਹ ਆ ਗਿਆ, ਉੱਤੋਂ ਗਰਮੀ ਇੰਨੀ, ਆਪਣਾ ਇਨਵੈਟਰ ਖਰਾਬ ਹੈਗਾ, ਹੁਣ ਕੀ ਬਣੂਗਾ? ਹੁਣ ਇਹਦੇ 'ਚ ਮੈਂ ਕੀ ਕਰ ਸਕਦਾ, ਐਡਜਸਟਮੈਂਟ ਤਾਂ ਕਰਨੀ ਪੈਣੀ ਹੈ। ਮੰਮੀ ਜੀ ਮੈਂ ਇਸੇ ਕਰਕੇ ਪੈਸੇ ਜਮ੍ਹਾਂ ਕਰਕੇ ਰੱਖਦੀ ਸੀ ਵੀ ਜੇ ਲੋੜ ਪੈ ਜਾਏ ਨਾ ਔਖੇ ਵੇਲੇ ਬੰਦਾ ਆਪਣੇ ਕੱਢ ਕੇ ਵਰਤ ਲੇ। ਤੁਹਾਨੂੰ ਉਦੋਂ ਮੈਂ ਪੈਸੇ ਜਮ੍ਹਾਂ ਕਰਨ ਨੂੰ ਦਿੱਤੇ ਸੀ ਤੇ ਤੁਸੀਂ ਖਰਚ ਕਰੇ ਆਏ। ਹਾਂ ਪੁੱਤ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਉਹਦੇ। ਜੇ ਮੈਂ 2 ਛੁੱਟਾਂ ਤੇ ਪੈਸੇ ਨਾ ਖਰਚਦੀ ਨਾ, ਆਪਣਾ ਬਹੁਤ ਵਧੀਆ ਗੁਜ਼ਾਰਾ ਹੋ ਜਾਂਦਾ ਅੱਜ। ਨਾਲੇ ਮਹੀਨੇ ਦੀ ਤਾਂ ਗੱਲ ਸੀ, ਉਦੋਂ ਨੂੰ ਇਹਨਾਂ ਨੂੰ ਵੀ ਤਨਖਾਹ ਮਿਲ ਜਾਂਦੀ, ਆਪਣੀ ਵਧੀਆ ਗੱਡੀ ਰੁੜ ਜਾਂਦੀ। ਚਲੋ ਮੰਮੀ ਕੋਈ ਗੱਲ ਨੀ, ਤੁਸੀਂ ਟੈਨਸ਼ਨ ਨਾ ਲਵੋ। ਮੈਂ ਤੁਹਾਡੇ ਤੋਂ ਚੋਰੀ ਇੱਕ ਕਮੇਟੀ ਪਾਈ ਹੋਈ ਆ ਤੇ ਉਹਦੀ ਬੋਲੀ 2-4 ਦਿਨਾਂ ਤੱਕ ਹੈਗੀ ਆ, ਆਪਾਂ ਉਹ ਕਮੇਟੀ ਚੱਕ ਲੈਨੇ ਆ। ਇਹਦਾ ਪੁੱਤ ਤੂੰ ਬਹੁਤ ਵਧੀਆ ਕੀਤਾ ਜਿਹੜੀ ਮੈਥੋਂ ਚੋਰੀ ਨੂੰ ਕਮੇਟੀ ਪਾ ਲਈ। ਜੇ ਤੂੰ ਮੈਨੂੰ ਦੱਸ ਦਿੰਦੀ ਮੈਂ ਤਾਂ ਉਹ ਵੀ ਚੱਕ ਕੇ ਖਰਚ ਕਰ ਦੇਣੀ ਸੀ। ਚੱਲ ਹੁਣ ਮੇਰੀ ਵੀ ਇੱਜ਼ਤ ਰਹੇਗੀ, ਵਿਆਹ ਤੇ ਤਾਂ ਜਾਣਾ ਸੀ, ਕਮੇਟੀ ਚੱਕ ਕੇ ਵਿਆਹ ਦਾ ਤਾਂ ਸਾਰਾਂਗੇ। ਉਦਾਂ ਪੁੱਤ ਮੇਰੇ ਫਜ਼ੂਲ ਖਰਚੇ ਵਾਲੇ ਸੀ, ਪਰ ਹੁਣ ਮੈਨੂੰ ਸਮਝ ਆ ਗਈ ਜੇ ਕੋਈ ਖਰਚਾ ਕਰਨਾ ਤਾਂ ਸੋਚ ਸਮਝ ਕੇ ਕਰੋ। ਸਤਿ ਸ੍ਰੀ ਅਕਾਲ ਜੀ, ਸਾਡੀ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਵੀ ਹਰ ਘਰ ਵਿੱਚ ਕੋਈ ਨਾ ਕੋਈ ਖਰਚੀਲਾ ਬੰਦਾ ਹੁੰਦਾ, ਚਾਹੇ ਉਹ ਤੁਹਾਡੀ ਭੈਣ ਹੋਵੇ, ਚਾਹੇ ਉਹ ਤੁਹਾਡੀ ਘਰ ਵਾਲੀ ਹੋਵੇ, ਚਾਹੇ ਸਾਡੀ ਮਾਤਾ ਹੋਵੇ। ਪਰ ਸਾਨੂੰ ਸਾਡੀ ਇਨਕਮ ਦੇ ਹਿਸਾਬ ਨਾਲ ਹਮੇਸ਼ਾ ਖਰਚ ਕਰਨਾ ਚਾਹੀਦਾ ਤੇ ਉਹਨਾਂ ਦੇ ਪੈਸਿਆਂ ਦੇ ਵਿੱਚੋਂ ਥੋੜੀ ਥੋੜੀ ਆਪਾਂ ਨੂੰ ਬੱਚਤ ਵੀ ਕਰਨੀ ਚਾਹੀਦੀ ਆ ਤਾਂ ਜੋ ਲੋੜ ਪੈਣ ਤੇ ਉਹ ਪੈਸੇ ਆਪਣੇ ਕੰਮ ਆ ਸਕਣ। ਸੋ ਸਾਡੀ ਇਸ ਰਾਏ ਨਾਲ ਤੁਸੀਂ ਸਹਿਮਤ ਹੋ ਤਾਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਲਾਈਕ ਕਰਿਓ। ਸਤਿ ਸ੍ਰੀ ਅਕਾਲ।